ਰਸ਼ੀਦ ਦੇ ਯੁੱਧ ਵੀਰ ਲੰਗੋਟੇ ਪਾ ਕੇ ਆਜੋ ਫੋਟੋ ਦੇ ਲਈ, ਫੋਟੋ ਕਰਵਾਉਣ ਲਈ ਆਜੋ ਦੋਨੋਂ ਭਲਵਾਨ ਲੰਗੋਟੇ ਕੱਸ ਕੇ। ਹਾਂਜੀ ਮਾਂ ਭਲਵਾਨ ਤੇ ਜੇਕੇਪੀ ਦੇ ਫਤਿਹ ਸਿੰਘ ਜੀ 500 ਜਿਹੜਾ ਫਤਿਹ ਸਿੰਘ ਜੀ ਹੋਣਾ ਵੱਲੋਂ ਹੈ। ਅਗਰ ਮਾਂ ਦੇ ਕੇ ਵੀ ਜਿੱਤ ਪ੍ਰਾਪਤ ਕਰਨਾ 500 ਰੁਪਏ ਜਿਹੜਾ ਫਤਿਹ ਸਿੰਘ ਜੀ ਹੋਣਾ ਦੇ ਵੱਲੋਂ ਦਿੱਤਾ ਜਾਊਗਾ। ਬੱਲੇ ਬੱਲੇ ਹੁੰਦੀ ਹੈ ਮੈਦਾਨ ਦੇ ਵਿੱਚ, ਬੇਲਰਾ ਵਰਗੇ ਪੱਟਾਂ ਦੇ ਵਿੱਚ ਥਾਪੀ ਵੱਜਦੀ ਹੈ, ਦਰਸ਼ਕਾਂ ਵੱਲੋਂ ਬੱਲੇ ਬੱਲੇ ਤਾਂ ਤਾੜੀ ਲੱਗਦੀ ਹੈ। ਵਿੱਚ ਮੈਦਾਨਾ ਗੱਭਰੂ ਭਗਤ ਫਤਿਹ ਸ਼ਾਹ ਜਾਂਦੇ ਚੜ੍ਹਤ ਗੱਭਰੂਆਂ ਦੀ ਤੱਕ ਗਏ, ਮੇਰੇ ਨਜ਼ਾਰੇ ਆ ਜਾਂਦੇ ਚੜ੍ਹਤ ਗੱਭਰੂਆਂ ਦੀ ਤੱਕ ਗਏ, ਮੇਰੇ ਨਜ਼ਾਰੇ ਆ ਜਾਂਦੇ। ਲਓ ਦੇਖੋ ਮੁਕਾਬਲਾ ਵੱਡਾ ਹੈ ਮੈਦਾਨ ਦੇ ਵਿੱਚ, ਇੱਕ ਪਾਸੇ ਆ ਮਾਂ ਮੈਂ ਜੇਕੇਪੀ ਵਾਲਾ, ਦੂਸਰੇ ਪਾਸੇ ਬਿਆਨਪੁਰੀਆ ਗੱਭਰੂ ਹੈ, ਲੱਗਾ ਹੋਇਆ ਯੋਰ ਚੱਲਦਾ ਹੋਇਆ ਮੁਕਾਬਲਾ ਇਹਨਾਂ ਗੱਭਰੂਆਂ ਦੇ ਦਰਮਿਆਨ ਹੈ। ਸ਼ਾਬਾਸ਼ ਸ਼ਾਬਾਸ਼ ਸ਼ਾਬਾ ਬਈ, ਮਾਰੋ ਹੱਲਾ ਮਹਿਲ ਵੱਡੋ, ਲਗਾਓ ਦਾਬੇ ਚ, ਲਗਾਓ ਦਾਬੇ ਚ ਕਰੋ ਕੁਸ਼ਤੀਆਂ ਦੇ ਫੈਸਲਾ। ਆ ਜੀ ਦਾ ਤਾਈਓ ਨਿਸ਼ਾਨ, ਉੱਧਰ ਚੱਲਦਾ ਹੋਇਆ ਯੁੱਧ, ਅੱਖ ਕਿਉਂ ਬੰਦ ਕਰਦੇ ਨੇ ਇਹਨਾਂ ਗੱਭਰੂਆਂ ਦੇ ਦਰਮਿਆਨ? ਇੱਕ ਪਾਸੇ ਸਿੱਧੀ ਪਹਿਲਵਾਨ ਆਸਪੁਰਾ ਤੇ ਨਾਲੇ ਅਰਜਨ ਪਹਿਲਵਾਨ ਖਾੜਾ ਬਜਰੰਗੀ, ਕਿਹੜਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਬਾਤਾਂ ਸਮਝਦੀਆਂ ਹੋਣਗੀਆਂ। ਭਾਈ ਚਲੋ 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 ਚਲੋ, ਮੱਲੋ ਮਾਰੋ ਹੱਲਾ ਲਾਓ ਦਾ ਪੇਸ਼ ਕਰੋ। ਬਹੁਤ ਵੱਡਾ ਧੰਨਵਾਦ ਕਰਦੇ ਆ ਜਸਵਿੰਦਰ ਸਿੰਘ ਜੀ ਪੁਰਤਗਾਲ, ਸਾਡਾ ਭਰਾ ਜਿਹੜਾ ਲਾਈਵ ਜੁੜਿਆ ਇਹਦੇ ਕੁਸ਼ਤੀ ਲੰਗਣ ਦੇ ਨਾਲ, ਜਸਵਿੰਦਰ ਸਿੰਘ ਪੁਰਤਗਾਲ, ਜੇਰਾ ਬਾਬਾ USA, ਜੱਸੀ ਪੁਰਤਗਾਲ, ਬਲਵਿੰਦਰ ਸਾਈਪਰਸ, ਅਵਤਾਰ ਕੁਵੈਤ, ਮਨਜੀਤ ਪੁਰਤਗਾਲ, ਦੀਪੂ ਪੁਰਤਗਾਲ, ਅਮਨ ਦੇ ਬਲਵਾਨ ਨਿਊਜ਼ੀਲੈਂਡ, ਬਹੁਤ ਵੱਡਾ ਬੈਂਗਲ ਕਰਵਾਵਾਂਗੇ ਇਸ ਧਰਤੀ ਦੇ ਸੱਦੇ ਪੱਤਰ ਵਾਲੇ ਭਲਵਾਨਾਂ ਦੀਆਂ ਕਹਿੰਦੇ ਕੁਸ਼ਤੀਆਂ। ਕਹਿੰਦੇ ਜਿਹੜਾ ਕੰਮ ਨੰਗੇ ਦੀ ਧਰਤੀ ਦੇ ਹੋਇਆ ਅਗਲੇ ਸਾਲ ਗੋਬਿੰਦਗੜ੍ਹ ਦੀ ਧਰਤੀ ਦੇ ਵੀ ਬੰਦੇ ਬੰਦ ਪਹੁੰਚਣਗੇ। ਤਾੜੀਆਂ ਲਾ ਦੋ ਇੱਕ ਵਾਰ ਕਮੇਟੀ ਦੇ ਲਈ, NRI ਭਰਾਵਾਂ ਦੇ ਲਈ, ਅਗਲੇ ਸਾਲ ਵੱਡੇ ਬੰਦ ਜਿਹੜੇ ਪਹੁੰਚਣਗੇ ਹਿੰਦੁਸਤਾਨ ਦੇ ਇਸ ਧਰਤੀ ਦੇ। ਹਰਜਿੰਦਰ ਸਿੰਘ ਬਿੰਦੂ ਜੀ, ਲਖਵਿੰਦਰ ਸਿੰਘ ਲਾਠੀ ਜੀ ਹੋਰਾਂ ਦਾ ਬੜਾ ਧੰਨਵਾਦ ਕਰਦੇ ਹਾਂ ਭਰਾਵਾਂ ਦਾ, ਜਿਹਨਾਂ ਦੇ ਬਹੁਤ ਵੱਡੇ ਸਹਿਯੋਗ ਅੱਜ ਦੇ ਇਸ ਦੰਗਲ ਦੇ ਲਈ ਹੈ, ਅੱਜ ਦੇ ਇਸ ਦੰਗਲ ਦੇ ਲਈ ਹੈ। ਚੱਲਦਾ ਹੋਇਆ ਯੁੱਧ, ਸ਼ਾਬਾ ਬਈ ਸ਼ਾਬਾ, ਬੱਲੇ ਬੱਲੇ ਹੋ ਗਈ ਹੈ ਮੈਦਾਨ ਦੇ ਵਿੱਚ, ਲੱਗੇ ਹੋਏ ਯੋਗ, ਚੱਲਦਾ ਹੋਇਆ ਮੁਕਾਬਲਾ ਚੱਲਦਾ। ਦੁੱਧ ਘਿਓ ਦੇ ਬਦਾਨਾ ਬਦਾਮਾਂ ਵਿੱਚ ਐਨਰਜੀ ਹੁੰਦੀ, ਫਾਇਦਾ ਕੋਈ ਨੀ ਮਜੀਦਿਆ ਕੋਕਾ ਦਾ, ਫਾਇਦਾ ਕੋਈ ਨੀ ਮਜੀਦਿਆ ਕੋਕਾ ਦਾ। ਮੁਕਾਬਲਾ ਉਧਰ ਸੰਦੀ ਦੇ ਕੌਣ ਹਾਰਦਾ, ਮਾਰੋ ਹੱਲਾ ਪਹਿਲਵਾਨੋ, ਲਗਾਓ ਦਾ ਵਿੱਚ। ਸ਼ਾਬਾਸ਼ ਸ਼ਾਬਾਸ਼ ਸ਼ਾਬਾ ਬਈ, ਕਹਿੰਦਾ ਗੱਭਰੂ ਪੁੱਤ ਪੰਜਾਬੀ, ਗੱਜਦੇ ਫਿਰਨ ਮੈਦਾਨਾਂ ਚ, ਜਦ ਘੁਲਦੇ ਧਰਤ ਵੀ ਹਿੱਲੇ, ਪੂਰਾ ਜੋਰ ਇਨਸਾਨਾਂ ਚ, ਉਸਤਾਦਾਂ ਤੋਂ ਲੈ ਸਿੱਖਿਆ ਵਿੱਚ ਅਖਾੜੇ ਬੁੱਕਦੇ ਆ, ਲੱਗਣ ਨਾਲ ਤੱਤੀਆਂ ਹਵਾਵਾਂ, ਮਾਂ ਪਿਓ ਸੁੱਖਾਂ ਸੁੱਕਦੇ ਆ, ਭਿੜਦੇ ਸ਼ੇਰਾਂ ਨੂੰ ਦੇਖ ਕੇ ਲੋਕੀ ਲੈਣ ਨਜ਼ਾਰੇ ਬਈ, ਛਿੰਝਾਂ ਦੇ ਵਿੱਚ ਘੁਲਦੇ ਟੋਪ ਦੇ ਮੱਲ ਨੇ ਸਾਰੇ ਬਈ, ਛਿੰਝਾਂ ਦੇ ਵਿੱਚ ਘੁਲਦੇ ਟੋਪ ਦੇ ਮੱਲ ਨੇ ਸਾਰੇ ਬਈ। ਬਈ ਵੱਡਾ ਹੋ ਗਿਆ, ਹੋ ਗਿਆ 5 ਮਿੰਟ ਸਮਾਂ ਬਾਕੀ ਹੈ ਅਰਜਨ ਤੇ ਸੇਠੀ ਵਾਲੀ ਕੁਸ਼ਤੀ ਦਾ, ਨੋਟ ਕਰ ਲਿਓ 5 ਮਿੰਟ ਸਮਾਂ ਜਿਹੜਾ ਬਾਕੀ ਰਹਿ ਗਿਆ। ਨਹੀਂ ਰੈਫਰੀ ਨਾਲ ਗੱਲ ਕਰੋ, ਹਾਂ ਹਾਂ ਰੈਫਰੀ ਨਾਲ ਗੱਲ ਕਰੋ ਬਈ, ਸਾਨੂੰ ਰੈਫਰੀ ਨੇ ਆਖਿਆ ਤਾਂ ਗਿਆ।
ਚਲੋ 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 ਸ਼ਾਬਾਸ਼ ਸ਼ਾਬਾਸ਼। ਇੱਧਰ ਮਾਮ ਦੇ ਸੰਨੀ ਦੇ ਦਰਮਿਆਨ ਜਿਹੜਾ ਮੁਕਾਬਲਾ ਚੱਲਦਾ, ਮਾਮ ਦੇ ਸੰਨੀ ਦੇ ਦਰਮਿਆਨ ਜਿਹੜੀ ਕੁਸ਼ਤੀ ਚੱਲਦੀ ਹੈ, ਬੱਲੇ ਬੱਲੇ ਹੁੰਦੀ ਹੈ ਮੈਦਾਨ ਦੇ ਵਿੱਚ, ਲੱਗਾ ਹੋਇਆ ਜ਼ੋਰ ਚੱਲਦਾ ਹੋਇਆ ਮੁਕਾਬਲਾ ਹੈ। ਉਧਰ ਸ਼ਾਬਾਸ਼ ਸ਼ਾਬਾਸ਼ ਸ਼ਾਬਾ ਬਈ ਸ਼ਾਬਾ ਬੇਚ, ਬੱਲੇ 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 ਬੱਲੇ, ਦੇਖਿਓ ਬਈ ਸੱਟ ਜ਼ੋਰ ਨਾਲ ਲਵਾਇਓ, ਹਾਏ 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 ਹਾਏ, ਉਹ ਜ਼ੋਰ ਪੂਰਾ ਲੱਗਾ ਹੋਇਆ ਦਰਸ਼ਕੋ, ਜਾਨ ਪੂਰੀ ਲੱਗੀ ਹੋਈ ਹੈ ਇੱਕ ਪਾਸੇ ਜੇਕੇਪੀ ਵਾਲਾ, ਉਹ ਦੂਸਰੇ ਪਾਸੇ ਜਾਨ ਪੁਰੀਆ ਮੁੰਡਾ, ਜਾਨ ਪੁਰੀਆ ਮੁੰਡਾ, ਬੱਲੇ 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 ਬੱਲੇ, ਤਾੜੀਆਂ 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 ਤਾੜੀਆਂ, ਬਈ ਬਈ ਤਾੜੀਆਂ ਲਾਵੇ, ਹਾਏ 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 ਹਾਏ, ਬੇਚ ਲਿਆਓ ਕੁਸ਼ਤੀ, ਬੇਚ ਲਿਆਓ, ਬੇਚ ਕਰ ਲਓ ਪਲੀਜ਼। ਜਾਈ ਗੱਲ ਰਾਮਪੁਰ ਵਾਲਿਆ, ਲਾਈ ਮਾਪਿਆਂ ਨੇ ਜਿੰਦ ਜਾਨ ਸਾਰੀ ਹੁੰਦੀ ਆਈ ਹੈ, ਜਦੋਂ ਸਿਰ ਸਾਨਾ ਵਾਂਗੂ ਯਾਰੋ ਭਿੜਦੇ, ਪਤਾ ਲੱਗੇ ਕੀਤੀ ਕਿੰਨੀ ਗੁਣ ਤਿਆਰੀ ਹੁੰਦੀ ਆ, ਪਤਾ ਲੱਗੇ ਕੀਤੀ ਕਿੰਨੀ ਗੁਣ ਤਿਆਰੀ ਹੁੰਦੀ ਆ। ਨੰਗੇ ਦੀ ਧਰਤੀ ਦੇ ਵੱਡੇ ਐਲਾਨ ਹੋ ਗਏ ਨੇ ਦਰਸ਼ਕੋ, 2025 ਦੇ ਵਿੱਚ ਜੇ ਪਰਮਾਤਮਾ ਨੇ ਮਿਹਰ ਕੀਤੀ ਤਾਂ ਨੰਗੇ ਦੀ ਧਰਤੀ ਦੇ ਪ੍ਰਿੰਸੀਪਲ ਪਹਿਲਵਾਨ ਫਗਵਾੜਾ, ਭੁਪਿੰਦਰ ਪਹਿਲਵਾਨ ਅਜਨਾਲਾ, ਮੇਜਰ ਡੇਰਾ ਬਾਬਾ ਨਾਨਕ ਤੇ ਬਿਨਿਆ ਜੰਬੂ ਵਰਗੇ ਹਿੰਦੁਸਤਾਨ ਦੇ ਵੱਡੇ ਵੱਲ ਪਹੁੰਚਣਗੇ। 2025 ਨੰਗੇ ਦੀ ਧਰਤੀ ਦੇ ਹਿੰਦੁਸਤਾਨ ਦੇ ਵੱਡੇ ਵੱਲ ਪ੍ਰਿੰਸੀਪਲ ਭੁਪਿੰਦਰ ਤੇ ਮੇਜਰ ਬਿਨਿਆ ਦੀਆਂ ਗੱਲਾਂ ਹੋਣੀਆਂ ਨੇ, ਇਹ ਵੀ ਨੋਟ ਕਰੀਏ। 8 ਸਤੰਬਰ ਜਿਹੜੀ ਡੇਟ ਹੈ, ਬਲੌਰ ਪਿੰਡ ਦੀਨਾ ਨਗਰ ਦੇ ਲਾਗੇ ਜਿੱਥੇ ਵੱਡੀਆਂ ਕੁਸ਼ਤੀਆਂ ਹੋਣੀਆਂ ਨੇ, ਤਾਲਮ ਪਹਿਲਵਾਨ ਬਾਬਾ ਫੁਲਾਈ ਨਾਲ ਘੁਲੂਗਾ, ਮੇਜਰ ਪਹਿਲਵਾਨ ਡੇਰਾ ਬਾਬਾ ਨਾਨਕ, ਐਸੇ ਤਰ੍ਹਾਂ ਧਰਮਿੰਦਰ ਪਹਿਲਵਾਨ ਕੋਹਾਲੀ ਤੇ ਬੀਨਾ ਪਹਿਲਵਾਨ ਦਿੱਲੀ ਦੇ ਦਰਮਿਆਨ ਜਿਹੜੀ ਕੁਸ਼ਤੀ ਹੋਣੀ ਹੈ, 8 ਸਤੰਬਰ ਬਲੌਰ ਦੀ ਧਰਤੀ ਵੱਡੇ ਵੱਲ ਪਹੁੰਚਣਗੇ, ਵੱਡੇ ਵੱਲਾਂ ਦੀਆਂ ਜਿਹੜੀਆਂ ਗੱਲਾਂ ਹੋਣੀਆਂ ਨੇ। ਪਰ ਅੱਜ ਗੋਬਿੰਦਗੜ੍ਹ ਦੀ ਧਰਤੀ ਦੇ ਯੁੱਧ ਚੱਲੇ ਹੋਏ ਆ, ਅੱਜ ਗੋਬਿੰਦਗੜ੍ਹ ਦੀ ਧਰਤੀ ਦੇ ਯੁੱਧ ਚੱਲਦੇ ਆ ਇਹਨਾਂ ਮੱਲਾਂ ਦੇ ਦਰਮਿਆਨ, ਬਾਹਰੋਂ ਹੱਲੇ ਬਈ ਲਗਾਓ ਦਾਬੇ ਪਹਿਲਵਾਨੋ, ਚੱਲਦੀ ਹੋਈ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਚੱਲਦਾ ਹੋਇਆ ਮੁਕਾਬਲਾ, ਦੇਖੋ ਕੌਣ ਜਿੱਤਦਾ ਕੌਣ ਹਾਰਦਾ, ਜ਼ੋਰ ਪੂਰਾ ਲੱਗਾ ਹੋਇਆ, ਜਾਨ ਪੂਰੀ ਲੱਗੀ ਹੋਈ ਹੈ, ਸਮਾਂ ਜਿਹੜਾ ਖਿਸਕਦਾ ਜਾਂਦਾ ਹੌਲੀ ਹੌਲੀ, ਸਮਾਂ ਹੌਲੀ ਹੌਲੀ ਜਿਹੜਾ ਖਿਸਕਦਾ ਜਾਂਦਾ ਇਹਨਾਂ ਗੱਭਰੂਆਂ ਦੇ ਦਰਮਿਆਨ, ਇੱਕ ਪਾਸੇ ਸੰਨੀ ਹੈ ਔਰ ਦੂਸਰੇ ਪਾਸੇ ਆ ਮੁੰਡਾ ਕਹਿੰਦੇ ਬਿਆਨ ਪੁਰੀ ਆਏ, ਬਿਆਨ ਪੁਰੀ ਆਏ। ਆਉਣ ਵਾਲੀ 26 ਅਕਤੂਬਰ ਨੂੰ ਦੀਵਾਲੀ ਦੀ ਧਰਤੀ ਦੇ ਜਿਹੜੇ ਮਹਾਂ ਕੁਸ਼ਤੀ ਦਾ ਗੁਰ ਹੋਵੇਗਾ, ਆਲਟਮ ਕਾਰ ਤੇ ਕੁਸ਼ਤੀ ਹੋਵੇਗੀ, ਲੱਲੂ ਪਿਆਰ ਵਾਲੇ ਨਾਂ ਦੇ ਗਿਆ ਜੰਮੂ ਨਾਲ ਮਹਿੰਦਰ ਪਿਆਰ ਵਾਲਾ ਜਾਗਵਾਲ, ਆਉਣ ਵਾਲੀ 26 ਤਰੀਕ ਨੂੰ 26 ਅਕਤੂਬਰ ਦੀਵਾਲੀ ਦੀ ਧਰਤੀ ਦੇ ਜਿਹੜਾ ਮਹਾਂ ਕੁਸ਼ਤੀ ਦਾ ਗੁਰ ਹੋਵੇਗਾ। ਰਸ਼ੀਦ ਆਜੋ, ਫੋਟੋ ਕਰਵਾਈਏ, ਆਜੋ ਆਜੋ, ਸਾਰੀ ਕਮੇਟੀ ਜਿਹੜੀਆਂ ਵੀ ਸਾਡੀਆਂ ਸਤਿਕਾਰਯੋਗ ਸ਼ਖਸੀਅਤਾਂ ਨੇ,
ਆਓ ਜੀ ਇਸ ਕੁਸ਼ਤੀ ਨੂੰ ਆਸ਼ੀਰਵਾਦ ਦੇਈਏ। ਲਾਲਚੰਦ ਕੁਸ਼ਤੀ ਦੰਗਲ ਦੀ ਫਾਈਨਲ ਕੁਸ਼ਤੀ, ਵੱਡੀ ਕੁਸ਼ਤੀ, ਜਿੰਨੇ ਵੀ ਸਾਡੀਆਂ ਮਾਣਮਤੀ ਸ਼ਖਸੀਅਤਾਂ, ਜਿੰਨੇ ਵੀ ਸਾਡੇ ਇਸ ਨਗਰ ਦੇ ਬਜ਼ੁਰਗ ਸਾਹਿਬਾਨ ਸਟੇਜ ਪਰ ਜਿਹੜੇ ਵਿਰਾਜਮਾਨ ਨੇ, ਆ ਜਾਓ ਜੀ ਸਾਰੇ, ਆਓ ਦਿਓ ਮੱਲਾਂ ਨੂੰ ਆਸ਼ੀਰਵਾਦ ਤੇ ਕਰਵਾਈਏ ਅੱਜ ਦੇ ਦੰਗਲ ਦੀ ਜਿਹੜੀ ਫਾਈਨਲ ਕੁਸ਼ਤੀ ਸ਼ੁਰੂ ਕਰਵਾਈਏ ਜੀ। ਸ਼ੁਕਰਵਾਰ ਆਪਣੀ ਸਾਲ ਧਿਆਨ ਦੇਣਗੇ। ਕੁਸ਼ਤੀ ਦੀ ਕਰਨੀ ਬੜੀ ਔਖੀ, ਟੋਲ ਬਜਾਣਾ ਤਾਂ ਮਨ ਜਾਣਦਾ ਨਹੀਂ ਭਾਈ, ਆਉਂਦੇ ਕੀ ਸੀਟਾਂ ਚ ਕਮੈਂਟਰੀ ਕਰਨੀ, ਤਾਲਬਾਨੀ ਬਾਰੇ ਕੁਛ ਜਾਣਦਾ ਨਹੀਂ ਭਾਈ, ਆਉਂਦੇ ਕੀ ਦੰਗਲਾਂ ਚ ਕਮੈਂਟਰੀ ਕਰਨੀ, ਜਿਹੜਾ ਭਲਵਾਨੀ ਬਾਰੇ ਕੁਛ ਜਾਣਦਾ ਨਹੀਂ। ਉੱਧਰ ਯਾਦਗਾਰ ਜਿਹੜੀ ਫੋਟੋ ਹੋ ਜਾਂਦੀ ਹੈ, ਜੋਧਵੀਰ ਤਾਲਬਾਨ ਦਿੱਲੀ ਤੇ ਨਾਲ ਅਰਸ਼ੀਦ ਤਾਲਬਾਨ ਵਿਜੇਪੁਰ, ਯਾਦਗਾਰ ਜਿਹੜੀ ਫੋਟੋ ਕਰਵਾਈ ਜਾ ਰਹੀ ਦੰਗਲ ਸੂਚੀ ਕਮੇਟੀ ਦੇ ਨਾਂ ਦੀ ਭਾਈ, ਕਮੈਂਟਰੀ ਦੰਗਲ ਕਮੇਟੀ ਦੇ ਨਾਂ ਦੀ ਜ਼ੋਰਦਾਰ ਤਾੜੀਆਂ ਲਾ ਦਿਓ। ਰਾਜ ਜੀ ਦਾ ਬਾ ਕੇ ਇਹਨਾਂ ਦਾ ਮਹਾਨ ਭਾਰਤ ਦਾ ਯੁੱਧ ਕਰਾ ਛੱਡਿਆ ਏ ਰਾਜ ਜੀ ਦਾ ਭਾਈ, ਪਲੀਜ਼ ਆਵਾਜ਼ ਆ ਨੂੰ ਇਹੀ ਸੂਚੀ ਦੇ ਅਰਜਨ ਵਾਲੀ ਕੁਸ਼ਤੀ ਦਾ ਇੱਕ ਮਿੰਟ ਜਿਹੜਾ ਬਾਕੀ ਹੈ ਨੋਟ ਕਰਦੇ ਆਈਏ। 15 ਮਿੰਟ ਜਿਹੜਾ ਸਮਾਂ ਹੋਵੇਗਾ, ਇੱਕ ਨੰਬਰ ਜਿਹੜੀ ਝੰਡੀ ਦੀ ਕੁਸ਼ਤੀ ਹੈ, 15 ਮਿੰਟ ਦਾ ਜਿਹੜਾ ਸਮਾਂ ਹੋਵੇਗਾ ਨੋਟ ਕਰ ਲਿਓ ਜੀ। ਅਖਾੜਾ ਬਿਲਕੁਲ ਕਲੀਅਰ ਕਰ ਦਿਓ, ਅਖਾੜਾ ਬਿਲਕੁਲ ਕਲੀਅਰ ਕਰ ਦਿਓ ਜੀ ਭਾਈ, ਉੱਧਰ ਕੁਸ਼ਤੀ ਦੂਜੇ ਪਾਸੇ ਅਰਸ਼ੀਦ ਤਾਲਬਾਨ ਰਸਤ ਵਿੱਚ ਆ ਰਹੇ ਨੇ ਕਹਿੰਦੇ ਨੂੰ ਰਾਜੀ ਦਾ ਚੰਡੀ ਵਾਲਾ ਜਿਹੜਾ ਜੋ ਸਟਾਰਟ ਹੋਇਆ ਏ, ਇੱਕ ਪਾਸੇ ਜੋਧਵੀਰ ਉਧਰ ਨੋਟ ਕਰਿਓ, ਠੀਕਰੀਵਾਲ 11ਵੇਂ ਸਰਾਧ ਜਿਹੜੀ ਦੰਗਲ ਹੋਣਾ ਏ, ਬਹੁਤ ਵੱਡੇ ਮੱਲ ਪਹੁੰਚਣਗੇ, ਲੱਲੂ ਵਰਗੇ, ਜਵਰਾਜ ਵਰਗੇ, ਯੁੱਧਵੀਰ ਵਰਗੇ, ਰਸ਼ੀਦ ਵਰਗੇ, ਹੋਰ ਵੀ ਕਈ ਚੋਟੀ ਦੇ ਮੱਲ ਪਹੁੰਚਣਗੇ। 11ਵੇਂ ਸਰਾਧ ਜਿਹੜਾ ਠੀਕਰੀਵਾਲ ਧਰਤੀ ਤੇ ਬਹੁਤ ਵੱਡਾ ਦੰਗਲ ਹੈ। ਲਾਓ ਆਦਰ ਕੁਸ਼ਤੀ ਜਿਹੜੀ ਸ਼ੁਰੂ ਹੋ ਗਈ ਹੈ ਮੈਦਾਨ ਦੇ ਵਿੱਚ, ਮੁਕਾਬਲਾ ਜਿਹੜਾ ਸ਼ੁਰੂ ਹੋ ਗਿਆ ਇਹਨਾਂ ਮੱਲਾਂ ਦੇ ਦਰਮਿਆਨ। ਇੱਕ ਪਾਸੇ ਆ ਯੁੱਧਵੀਰ ਹੈ, ਦੂਸਰੇ ਪਾਸੇ ਰਸ਼ੀਦ, ਕੁਸ਼ਤੀ ਸ਼ੁਰੂ ਹੋਣ ਲੱਗੀ ਹੈ। ਇੱਧਰ ਬਾਬ ਤੇ ਸਨੀ ਦੇ ਦਰਮਿਆਨ ਜਿਹੜਾ ਮੁਕਾਬਲਾ ਚੱਲਦਾ ਹੈ, ਬਾਬ ਤੇ ਸਨੀ ਦੇ ਦਰਮਿਆਨ ਵੱਡੀ ਕੁਸ਼ਤੀ ਚੱਲਦੀ ਹੈ। ਸਮਾਜ
ਕੁਸ਼ਤੀ ਦਾ ਜਿਹੜਾ ਮੁਕਾਬਲਾ ਹੈ ਭਾਈ, ਕੁਸ਼ਤੀ ਨੂੰ ਇੱਕ ਮਿੰਟ ਦਾ ਸਮਾਂ, ਹਾਂਜੀ ਪਾਪ ਵਾਲੀ ਕੁਸ਼ਤੀ ਨੂੰ ਇੱਕ ਮਿੰਟ ਦਾ ਸਮਾਂ, ਇਸ ਗੱਲ ਦਾ ਧਿਆਨ ਦਿਓ ਰੈਫਰੀ ਸਾਹਿਬ, ਇੱਕ ਮਿੰਟ ਦਾ, ਠੀਕ ਬਰਾਬਰ ਕਰਾ ਦਿਓ, ਬਰਾਬਰ ਭਾਈ ਬਰਾਬਰ ਦਾ ਛੁਡਾ ਦਿਓ, ਬਹੁਤ ਕੁਸ਼ਤੀ ਹੋਈ, ਗਰਮੀ ਬਹੁਤ ਹੈ। ਸੁਖਜਿੰਦਰ ਸਿੰਘ ਬੱਬੂ ਜੀ ਬਰਾਬਰ ਕਰਾ ਦਿਓ, ਬਰਾਬਰ, ਹਾਂਜੀ ਸੁਖਦੇਵ ਸਿੰਘ ਸੁੱਖਾ ਜੀ, ਸੁਖਜਿੰਦਰ ਸਿੰਘ ਬੱਬੂ ਜੀ, ਅਗਰ ਰਸ਼ੀਦ ਜਿੱਤ ਪੈਦਾ ਕਰਦਾ 200 ਦੇ ਵਾਰ ਸਮਾਨ ਹੋਣਗੇ ਇਹਨਾਂ ਭਰਾਵਾਂ ਵੱਲੋਂ।